ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਫਿਲਮ ਇੰਡਸਟਰੀ ਦੇ ਸਿੰਗਰ ਅਤੇ ਐਕਟਰ ਦਿਲਪ੍ਰੀਤ ਢਿੱਲੋਂ ਦੀ। ਦਿਲਪ੍ਰੀਤ ਢਿੱਲੋਂ ਦੀ ਰੀਸੈਂਟਲੀ ਰਿਲੀਜ਼ ਹੋਈ ਐਲਬੰਬ ਜਿਸ ਦਾ ਟਾਈਟਲ ਦੁਸ਼ਮਣ ਸੀ, ਉਸ ਐਲਬੰਬ ਦੇ ਤੁਸੀਂ ਸਭ ਨੇ ਗਾਣੇ ਤਾਂ ਸੁਣੇ ਹੋਣਗੇ। ਉਸ ਐਲਬੰਬ ਦੇ ਟੋਟਲ 6 ਗਾਣੇ ਸੀ। ਪਹਿਲਾ ਗਾਣਾ ਕਬਜ਼ਾ, ਦੂਸਰਾ ਚੰਡੀਗੜ੍ਹ, ਤੀਸਰਾ ਮੁੱਛ, ਚੌਥਾ ਦੁਸ਼ਮਣ, ਪੰਜਵਾਂ ਆਕੜਾ, ਛੇਵਾਂ ਬੈਲੀ ਜੱਟ। ਇਹਨਾਂ ਵਿੱਚੋਂ 4 ਗਾਣੇ ਤਾਂ ਰਿਲੀਜ਼ ਹੋ ਚੁੱਕੇ ਸੀ ਜੋ ਕਾਫ਼ੀ ਚਰਚਾ ਵਿੱਚ ਰਹੇ ਸੀ। ਉਹਨਾਂ ਵਿੱਚੋਂ 2 ਗਾਣੇ ਮੁੱਛ ਅਤੇ ਦੁਸ਼ਮਣ ਰਿਲੀਜ਼ ਹੋਣ ਤੋਂ ਰਹਿੰਦੇ ਸੀ। ਇਸ ਲਈ ਹੁਣ ਆਪਾਂ ਗੱਲ ਕਰਦੇ ਹਾਂ ਦਿਲਪ੍ਰੀਤ ਢਿੱਲੋਂ ਦੇ 2 ਪੈਂਡਿੰਗ ਰਿਲੀਜ਼ ਪਏ ਗਾਣਿਆਂ ਦੀ। ਇਸ ਲਈ ਦਿਲਪ੍ਰੀਤ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਕੇ ਮੁੱਛ ਅਤੇ ਦੁਸ਼ਮਣ ਗਾਣੇ ਦੀ ਜਾਣਕਾਰੀ ਦਿੱਤੀ ਹੈ। ਮੁੱਛ ਅਤੇ ਦੁਸ਼ਮਣ ਇਹ ਗਾਣਾ ਅਲੱਗ ਅਲੱਗ ਹੋਏਗਾ ਜਾਂ ਇਕੱਠੇ, ਇਸ ਬਾਰੇ ਹਾਲੇ ਕੋਈ ਜਾਣਕਾਰੀ ਦਿੱਤੀ ਨਹੀਂ ਗਈ। ਇਹ ਐਲਬੰਬ ਦਾ ਲਾਸਟ ਵੀਡੀਓ ਹੋਏਗਾ। ਇਸ ਗਾਣੇ ਦੇ ਲਿਰਿਕਸ ਨਰਿੰਦਰ ਬਾਸ ਦੁਆਰਾ ਹੋਣਗੇ ਅਤੇ ਮਿਊਜ਼ਿਕ ਦੇਸੀ ਕ੍ਰਿਊ ਦੁਆਰਾ ਦਿੱਤਾ ਜਾ ਰਿਹਾ ਹੈ। ਇਹ ਗੀਤ ਰਿਕਾਰਡ ਹੋਏਗਾ ਸਪੀਡ ਰਿਕਾਰਡ ਲੈਵਲ ਦੇ ਅੰਡਰ। ਮੁੱਛ ਅਤੇ ਦੁਸ਼ਮਣ ਗਾਣਾ ਕਦੋਂ ਰਿਲੀਜ਼ ਹੋਏਗਾ ਇਸ ਦੇ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਪਰ ਅਸੀਂ ਆਸ ਕਰਦੇ ਹਾਂ ਕਿ ਇਹ ਵੀਡੀਓ ਤੁਹਾਡੇ ਤੱਕ ਜਲਦ ਹੀ ਦੇਖਣ ਨੂੰ ਮਿਲੇਗੀ। ਕੌਣ ਕੌਣ ਇਸ ਗਾਣੇ ਦੀ ਵੇਟ ਕਰ ਰਿਹਾ ਹੈ ਸਾਨੂੰ ਕਮੈਂਟ ਦੇ ਵਿੱਚ ਮੈਸੇਜ ਕਰਕੇ ਜ਼ਰੂਰ ਦੱਸਣਾ, ਅਤੇ ਨਾਲ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈੱਲ ਨੋਟੀਫਿਕੇਸ਼ਨ ਵਾਲਾ ਬਟਨ ਦਬਾਉਣਾ ਨਾ ਭੁੱਲਣਾ, ਤਾਂ ਜੋ ਕਿ ਤੁਹਾਡੇ ਤੱਕ ਹਰ ਇੱਕ ਨਿਊ ਫਿਲਮ ਦੀ ਅਤੇ ਹਰ ਇੱਕ ਨਿਊ ਸੌਂਗ ਦੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲਦੀ ਰਹੇ। ਧੰਨਵਾਦ।